ਸਤ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਬਿਜਲੀ ਮੀਟਰਾਂ ਨੂੰ ਲੈ ਕੇ ਵੱਡੀ ਖਬਰ ਪੀਐਸਪੀਸੀਐਲ ਨੇ ਖਪਤਕਾਰਾਂ ਲਈ ਵੱਡਾ ਐਲਾਨ ਕੀਤਾ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਹ ਤੁਸੀਂ ਖੁਦ ਵੀ ਪੜ ਸਕਦੇ ਹੋ ਤੇ ਇਸ ਦੇ ਵਿੱਚ ਕੀ ਕਿਹਾ ਉਸ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਇਹਦੇ ਵਿੱਚ ਕਿਹਾ ਹੈ ਕਿ ਪਾਵਰਕਾਮ ਦੇ ਖਪਤਕਾਰਾਂ ਲਈ ਕਾਗਜ਼ ਰਹਿਤ ਬਿਲਿੰਗ ਪ੍ਰਦਾਨ ਕਰਨ ਸੰਬੰਧੀ ਸਾਰੇ ਸਮਾਰਟ ਮੀਟਰ ਦੇ ਖਪਤਕਾਰਾਂ ਨੂੰ ਅਪਡੇਟ ਬਿਜਲੀ ਬਿੱਲ ਕੇਵਲ ਐਸਐਮਐਸ ਜਾਂ ਈਮੇਲ ਰਾਹੀਂ ਹੀ ਭੇਜਿਆ ਜਾਵੇਗਾ ਉਹਨਾਂ ਨੂੰ ਬਿੱਲ ਦੀ ਹਾਰਡ ਕਾਪੀ ਨਹੀਂ ਭੇਜੀ ਜਾਵੇਗੀ ਤਾਂ ਇਹ ਕਿ ਹੈ ਪੀਐਸਪੀਸੀਐਲ ਨੇ ਉਹਨਾਂ ਕਿਹਾ ਕਿ ਖਪਤਕਾਰ ਜਿਹੜੀ ਸਾਈਟ ਦਿੱਤੀ ਹੈ ਇਹ ਸਾਈਟ ਤੁਸੀਂ ਪੜ ਸਕਦੇ ਹੋ ਇਸ ਸਾਈਟ ਤੇ ਜਾ ਕੇ ਇਸ ਲਿੰਕ ਤੇ ਜਾ ਕੇ ਤੁਸੀਂ ਬਿਜਲੀ ਖਾਤੇ ਨਾਲ ਜੁੜੇ ਮੋਬਾਈਲ ਨੰਬਰ ਅਤੇ ਈਮੇਲ ਜਿਹੜੀ ਅਪਡੇਟ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਦੱਸ ਦਈਏ ਕਿ 스마트 ਮੀਟਰ ਦੇ ਖਪਤਕਾਰ ਮੀਟਰ ਦੀ ਰੀਡਿੰਗ ਪੀਐਸਪੀਸੀਐਲ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਨੇ PSPCL 스마트 미터 서비스 ਰਾਹੀਂ ਦੇਖ ਸਕਦੇ ਨੇ ਤਾਂ ਦੱਸਦੇ ਇਹ ਕਿ ਇਹ ਹੁਣ ਵੱਡੀ ਅਪਡੇਟ ਹੈ ਤਾਂ ਇਹ ਅਪਡੇਟ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ 스마트 ਮੀਟਰ ਲੱਗੇ ਨੇ ਜਿਨ੍ਹਾਂ ਦੇ 스마트 ਮੀਟਰ ਨਹੀਂ ਲੱਗੇ ਤਾਂ ਉਹਨਾਂ ਨੂੰ ਹਾਰਡ ਕਾਪੀ ਹੀ ਘਰ ਵਿੱਚ ਆਵੇਗੀ ਜਿਵੇਂ ਪਹਿਲਾਂ ਬਿੱਲ ਘਰ ਦੇ ਵਿੱਚ ਆਉਂਦਾ ਉਸੇ ਤਰ੍ਹਾਂ ਹੀ ਉਹਨਾਂ ਦਾ ਬਿੱਲ ਆਵੇਗਾ ਪਰ ਜਿਨ੍ਹਾਂ ਦੇ 스마트 ਮੀਟਰ ਲੱਗੇ ਨੇ ਤਾਂ ਉਹਨਾਂ ਦਾ ਬਿੱਲ ਜਿਹੜਾ ਘਰ ਦੇ ਵਿੱਚ ਨਹੀਂ ਆਵੇਗਾ ਉਹਨਾਂ ਨੂੰ ਆਨਲਾਈਨ ਹੀ ਚੈੱਕ ਕਰਨਾ ਪਵੇਗਾ ਜਾਂ ਉਹਨਾਂ ਨੂੰ SMS ਜਾਂ ਈਮੇਲ ਰਾਹੀਂ ਹੀ ਬਿੱਲ ਜਿਹੜਾ ਉਹ ਭੇਜਿਆ ਜਾਵੇਗਾ ਤਾਂ ਇਹ ਵੱਡੀ ਅਪਡੇਟ ਦਿੱਤੀ ਹੈ ਪੀਐਸ ਪੀਸੀਐਲ ਵੱਲੋਂ ਤਾਂ ਜੇਕਰ ਤੁਹਾਡੇ ਵੀ ਘਰ 스마트 ਮੀਟਰ ਲੱਗਿਆ ਤਾਂ ਤੁਹਾਨੂੰ ਜਿਹੜਾ ਬਿੱਲ ਹੈ ਉਹ ਘਰ ਦੇ ਵਿੱਚ ਹੁਣ ਨਹੀਂ ਆਵੇਗਾ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ